ਬਾਈਕ ਅਤੇ ਗੱਡੀ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ। ਹਾਦਸੇ ਦੇ ਵਿਚਾਲੇ ਬਾਈਕ ਤੇ ਜਾ ਰਹੇ ਦੋ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਗੱਡੀ ਚਾਲਕ ਤੇ ਇਹ ਇਲਜ਼ਾਮ ਲੱਗੇ ਨੇ ਕਿ ਉਸ ਦੇ ਵੱਲੋਂ ਰੌਂਗ ਸਾਈਡ ਦੇ ਵਿੱਚ ਗੱਡੀ ਚਲਾਈ ਜਾ ਰਹੀ ਸੀ ਅਤੇ ਨਾਲ ਹੀ ਉਹ ਡਰਾਈਵਿੰਗ ਦੇ ਦੌਰਾਨ ਫੋਨ ਦੀ ਵਰਤੋਂ ਕਰ ਰਿਹਾ ਸੀ, ਜਿਸ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ। ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਗੱਡੀ ਚਲਾਉਣ ਦੇ ਸਮੇਂ ਫੋਨ ਆਦਿ ਦੀ ਵਰਤੋਂ ਨਾ ਕਰੋ, ਪਰ ਇਹ ਇੱਕ ਉਦਾਹਰਣ ਫਿਰ ਸਾਹਮਣੇ ਆਈ ਹੈ ਅਤੇ ਜਿਸ ਦੇ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਦੋ ਨੌਜਵਾਨ ਬਾਈਕ ਤੇ ਜਾ ਰਹੇ ਸੀ ਅਤੇ ਇੰਨੀ ਚਿਰ ਨੂੰ ਹੀ ਪਿੱਛੋਂ ਇੱਕ ਰੌਂਗ ਸਾਈਡ 'ਤੇ ਬੇਕਾਬੂ ਕਾਰ ਦੇ ਨਾਲ ਉਹਨਾਂ ਦੀ ਟੱਕਰ ਹੁੰਦੀ ਹੈ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ। ਤਾਂ ਖਬਰ ਰੋਪੜ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੋ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਗੱਡੀ ਅਤੇ ਬਾਈਕ ਦੇ ਵਿਚਾਲੇ ਟੱਕਰ ਹੋਈ ਹੈ। ਸਥਾਨਕ ਲੋਕਾਂ ਦੇ ਮੁਤਾਬਕ ਗੱਡੀ ਚਾਲਕ ਪਿੱਛੋਂ ਹੀ ਤੇਜ਼ ਰਫ਼ਤਾਰ ਦੇ ਵਿੱਚ ਆ ਰਿਹਾ ਸੀ ਅਤੇ ਰਾਹ ਨੂੰ ਅੱਗੇ ਜਾਂਦੇ ਹੋਏ ਉਸਨੇ ਗੱਡੀ ਰੌਂਗ ਸਾਈਡ ਦੇ ਵਿੱਚ ਪਾ ਲਈ ਅਤੇ ਫੋਨ ਦੀ ਵਰਤੋਂ ਕਰ ਰਿਹਾ ਸੀ, ਜਿਸ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਬਾਈਕ 'ਤੇ ਜਾ ਰਹੇ ਦੋ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਉਹਨਾਂ ਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ, ਪਰ ਉਸ 'ਤੇ ਹੀ ਇਸ ਸੰਬੰਧੀ ਪੁਲਿਸ ਦੇ ਵੱਲੋਂ ਵੀ ਜੋ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਖਬਰ ਰੋਪੜ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਗੱਡੀ ਅਤੇ ਬਾਈਕ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ। ਇਹ ਆ ਕੇ ਦੇਖਿਆ ਜੀ, ਕਾਰ ਨੇ ਨਾ ਮੋਟਰਸਾਈਕਲ ਨੂੰ ਚੱਕ ਕੇ ਮਾਰਿਆ ਜੀ ਸਾਈਡ ਪਰ। ਮੋਟਰਸਾਈਕਲ ਦਾ ਮੁੰਡਾ ਜਿਹੜਾ ਪਿੱਛੇ ਬੈਠਾ, ਦੋ ਜਣੇ ਉੱਤੇ ਵੀ ਸੱਟਾਂ ਲੱਗੀਆਂ ਜੀ। ਇੱਕ ਸਿਰ ਤੋਂ ਖੂਨ ਜਾ ਰਿਹਾ ਜੀ, ਦੂਏ ਤੇ ਵੀ ਬਹੁਤ ਸੱਟਾਂ ਲੱਗੀਆਂ ਜੀ, ਗੋਡੇ ਦੇ ਮੋਢੇ ਤੇ ਕਾਫੀ ਸੱਟਾਂ ਲੱਗੀਆਂ। ਆ ਕੇ ਖੜੇ ਆ ਜੀ, ਕਾਫੀ ਦੂਰ ਆ ਗਏ। ਜਦੋਂ ਲੋਕਾਂ ਰੌਲਾ ਪਾਇਆ ਨਾ, ਮੈਂ ਫੋਟੋ ਵੀ ਖਿੱਚੀਆਂ ਜੀ ਗੱਡੀ ਦੀਆਂ। ਮੈਂ ਕਿਹਾ ਅੱਗੇ ਨਾ ਚਲੇ ਜਾਵੇ, ਉਹ ਕਹਿੰਦਾ ਮੈਂ ਖਿੱਚੋ ਜੀ ਆ ਕੇ। ਇਹ ਚਮਕੌਰ ਸਾਹਿਬ ਤੋਂ ਆ ਰਹੇ ਤੇ ਪਤਨੀਆਂ ਦਾ ਖਿਆਲ ਕਿੱਧਰ ਦਾ, ਮੋਬਾਈਲ ਚਲਾ ਰਹੇ ਕਿਆ ਕਰ ਰਹੇ ਤੇ, ਇਹਨੇ ਮੁੰਡੇ ਜਾ ਰਹੇ ਤੇ ਚਮਕੌਰ ਸਾਹਿਬ ਮੋਟਰਸਾਈਕਲ ਆ ਰਹੇ, ਮੁੰਡੇ ਜਾ ਰਹੇ ਤੇ ਚਮਕੌਰ ਸਾਹਿਬ ਆਪਣੀ ਸਾਈਡ ਤੇ, ਮੁੰਡੇ ਆਪਣੀ ਸਾਈਡ ਤੇ ਜਾ ਰਹੇ ਤੇ ਜੈਨ। ਇਹਨੂੰ ਪਤਾ ਨਹੀਂ ਖਿਆਲ ਕਿੱਧਰ ਦਾ, ਕਿਆ ਗੱਲ ਹੋਈ ਆ ਕਿ ਨਹੀਂ ਹੋਈ, ਇਹਨਾਂ ਨੇ ਰੌਂਗ ਸਾਈਡ ਲੈ ਕੇ ਮੋਟਰਸਾਈਕਲ 'ਚ ਗੱਡੀ ਮਾਰੀ। ਇਹਨਾਂ ਦਾ ਫਰਜ਼ ਆ ਜੀ, ਠੀਕ ਆ, ਚਲੋ ਆਪਾਂ ਕਹਿ ਸਕਦੇ ਆ ਮੁੰਡੇ ਦਾ ਬਚਾਅ ਹੋ ਗਿਆ ਜੀ, ਠੀਕ ਨੀ ਗੱਲ ਜੀ, ਤੇ ਇਹ ਪੂਰੀ ਉਹਨਾਂ ਦੀ ਹੈਲਪ ਕਰੂੰਗਾ, ਜੋ ਵੀ ਹੈਗਾ ਖਰਚਾ ਜੋ ਵੀ ਕਰੂੰਗੇ ਜੀ ਖੜੇ। ਪਰ ਸ਼ੁਕਰ ਹੈ ਜੀ, ਉਹਨਾਂ ਦੀ ਜਾਨ ਬਚ ਗਈ, ਮੁੰਡੇ ਵੈਸੇ ਉਹ ਠੀਕ ਆ, ਕੰਟਰੋਲ 'ਚ, ਕੋਈ ਇੱਦਾਂ ਦੀ ਗੱਲ ਨੀ, ਇਹ ਵੀ ਖੜੇ ਆ ਬਸ ਠੀਕ ਆ। ਇੱਕ ਘੁਮਾਉਂਦਾ ਸੀਗਾ ਉੱਧਰ ਨੂੰ ਪਰੇ ਨੂੰ, ਇੱਧਰ ਨੂੰ ਵੱਟ ਹੋਈ ਗਿਆ। ਮੈਂ ਥੋੜੇ ਜੋ ਕਹਿੰਦੇ ਵੀ ਅਸੀਂ ਦਾਖਲ ਕਰਾਇਆ ਜੀ, ਇਹ ਕਹਿੰਦੇ ਸੀ ਮੁੰਡੇ, ਆਏ ਸੀ ਮੇਰੇ ਕੋਲ, ਕੋਈ ਨੀ ਅਸੀਂ ਦਾਖਲ ਕਰਾਇਆ ਜੀ, ਵੀ ਜੋ ਖਰਚਾ ਹੋਊਗਾ ਦਿਓ ਤੁਸੀਂ। ਮੈਂ